ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉੜੀਸਾ ਦੇ ਪੁਰੀ ਸਥਿਤ ਇਤਿਹਾਸਿਕ ਮੰਗੂ ਮੱਠ ਅਤੇ ਸਿੱਕਮ ਸੂਬੇ 'ਚ ਸਥਿਤ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਵਿਵਾਦਿਤ ਮਾਮਲਿਆਂ ਸੰਬੰਧੀ ਵੱਖੋ ਵੱਖਰੀ ਡਫਲੀ ਬਜਾ ਰਹੀਆਂ ਸੰਬੰਧਿਤ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਇਹਨਾਂ ਮਾਮਲਿਆਂ ਨੂੰ ਹੱਲ ਕਰਵਾਉਣ 'ਤੇ ਸਿੱਖ ਇਤਿਹਾਸਿਕ ਅਸਥਾਨਾਂ ਦੀ ਮੁੜ ਉਸਾਰੀ ਸੰਬੰਧੀ ਸਰਕਾਰ ਨਾਲ ਗੱਲਬਾਤ ਕਰਨ ਅਤੇ ਕਾਨੂੰਨੀ ਕਾਰਵਾਈ ਹਿੱਤ ਸਾਂਝੀਆਂ ਕਮੇਟੀਆਂ ਗਠਨ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਉਕਤ ਇਤਿਹਾਸਿਕ ਅਸਥਾਨਾਂ ਦੇ ਵਿਵਾਦਾਂ ਨੂੰ ਆਪੋ ਆਪਣੇ ਪੱਧਰ 'ਤੇ ਹੱਲ ਕਰਨ ਲਈ ਯਤਨਸ਼ੀਲ ਸਿੱਖ ਜਥੇਬੰਦੀਆਂ ਅਤੇ ਲੋਕ ਇਨਸਾਫ਼ ਪਾਰਟੀ ਸਮੇਤ ਹੋਰ ਸੰਬੰਧਿਤ ਧਿਰਾਂ ਵੱਲੋਂ ਇਹਨਾਂ ਸੰਬੰਧੀ ਰਿਕਾਰਡ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪੇਸ਼ ਕਰਕੇ ਇਹਨਾਂ ਅਸਥਾਨਾਂ ਦੇ ਮੌਜੂਦਾ ਹਾਲਾਤ ਅਤੇ ਕੀਤੀਆਂ ਜਾ ਰਹੀਆਂ ਕਾਨੂੰਨੀ ਚਾਰਾਜੋਈਆਂ ਸੰਬੰਧੀ ਜਾਣਕਾਰੀ ਦਿੱਤੀ ਗਈ। ਸੰਬੰਧਿਤ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਦੁਪਹਿਰ 12 ਵਜੇ ਤੋਂ ਦੇਰ ਸ਼ਾਮ ਤੱਕ ਲੰਬਾ ਸਮਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਉਕਤ ਇਤਿਹਾਸਿਕ ਗੁਰੂ ਅਸਥਾਨਾਂ ਬਾਰੇ ਆਪੋ ਆਪਣੀ ਪੱਧਰ 'ਤੇ ਕਾਨੂੰਨੀ ਲੜਾਈ ਲੜ ਰਹੀਆਂ ਅਤੇ ਜੱਦੋਜਹਿਦ ਕਰ ਰਹੀਆਂ ਸਿੱਖ ਜਥੇਬੰਦੀਆਂ ਤੋਂ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈ ਕੇ ਉਹਨਾਂ ਨੂੰ ਆਪਸੀ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕਾਨੂੰਨੀ ਕਾਰਵਾਈ ਕਰਨ ਅਤੇ ਸਰਕਾਰਾਂ ਨਾਲ ਗੱਲਬਾਤ ਕਰਨ ਹਿੱਤ ਸਾਂਝੀਆਂ ਕਮੇਟੀਆਂ ਨਿਯੁਕਤ ਕੀਤੀਆਂ ਗਈਆਂ ਹਨ। ਨਾਲ ਸੰਬੰਧਿਤ ਜਿਹੜੀਆਂ ਧਿਰਾਂ ਕਾਰਜਸ਼ੀਲ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਮਨ ਮੁਟਾਵ ਜਿਹੜੇ ਆਪਸ ਦੇ ਵਿੱਚ ਸੀ ਜਿਹਦੀ ਵਜ੍ਹਾ ਕਰਕੇ ਮਾਮਲੇ ਜਿਹੜੇ ਆ ਲਟਕ ਰਹੇ ਸੀ ਉਹਨਾਂ ਨੂੰ ਦੂਰ ਕਰਵਾਇਆ ਗਿਆ ਔਰ ਇਹਨਾਂ ਧਿਰਾਂ ਦੀਆਂ ਸਾਂਝੀਆਂ ਕਮੇਟੀਆਂ ਜਿਹੜੀਆਂ ਉਹ ਬਣਾ ਦਿੱਤੀਆਂ ਗਈਆਂ ਔਰ ਇਹ ਕਾਨੂੰਨੀ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਸਥਾਨਾਂ ਦੀ ਮੁੜ ਉਸਾਰੀ ਦਾ ਯਤਨ ਕਰ ਰਹੇ ਹਨ। ਰਿਪੋਰਟ ਨਹੀਂ ਇਹਨਾਂ ਨੂੰ ਯਤਨ ਕਰਨ ਵਾਸਤੇ ਕਿਹਾ, ਸਥਾਨ ਬਣਨੇ ਚਾਹੀਦੇ ਨੇ ਬਸ। ਮੰਗੂ ਮੱਠ ਨਾਲ ਸੰਬੰਧਿਤ ਇਹ ਡਾਂਗ ਮਾਰ ਨਾਲ ਸੰਬੰਧਿਤ ਜਿੰਨੀਆਂ ਵੀ ਧਿਰਾਂ ਹੈਗੀਆਂ ਉਹਨਾਂ ਨੂੰ ਵਾਰੋ ਵਾਰੀ ਬੁਲਾਇਆ ਗਿਆ ਸੀਗਾ ਅਤੇ ਜ਼ਿੰਮੇਵਾਰੀ ਜਿਹੜੀ ਆ ਉਹ ਦੇ ਦਿੱਤੀ ਹੈ ਕਿ ਹਰ ਕੀਮਤ ਦੇ ਉੱਤੇ ਚਾਹੇ ਕਾਨੂੰਨੀ ਲੜਾਈ ਲੜਨੀ ਹੈ ਜਾਂ ਸਰਕਾਰਾਂ ਨਾਲ ਗੱਲਬਾਤ ਕਰਨੀ ਹੈ ਇਹ ਸਾਂਝੀਆਂ ਕਮੇਟੀਆਂ ਜਿਹੜੀਆਂ ਸਾਂਝੀਆਂ ਕਮੇਟੀਆਂ ਹੈਗੀਆਂ। ਸਿੰਘ ਸਾਹਿਬ ਮੰਗੂ ਮੱਠ ਬਾਰੇ ਦੱਸਿਆ ਗਿਆ ਕਿ ਅਸਲ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ। ਕੁਛ ਧਿਰਾਂ ਦਾ ਕਹਿਣਾ ਸੀ ਕਿ ਅਸਲ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ, ਕੁਛ ਧਿਰਾਂ ਦਾ ਕਹਿਣਾ ਸੀ ਕਿ ਜਿਹੜਾ ਅਸਲ ਢਾਂਚਾ ਹੈਗਾ ਉਹਦੇ ਆਸੇ ਪਾਸੇ ਜਿਹੜਾ ਕੰਪਲੈਕਸ ਹੈ ਉਹ ਵੀ ਉਹਦਾ ਹਿੱਸਾ ਸੀ ਉਹਨੂੰ ਪਾਇਆ ਗਿਆ। ਸਾਰਿਆਂ ਧਿਰਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਬੜੇ ਚੌਹ ਦੇ ਨਾਲ ਸੁਣਿਆ ਗਿਆ ਔਰ ਅਸੀਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਜਿਹੜੇ ਆ ਕੋਈ ਲੋਕਲ ਜਿਹੜੇ ਆ ਉਹ ਬੁਲਾਏ ਹੋਏ ਸੀ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਪਤਾ ਲੱਗੇ ਕਿ ਅਸਲੀਅਤ ਕਿਹੜੀ ਹੈ ਉਹਨਾਂ ਕਿਸਾਨ ਨਾਲ ਕੀ ਹੈ ਔਰ ਉਮੀਦ ਹੈ ਕਿ ਹੁਣ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਚੱਲਣਗੀਆਂ ਤੇ ਜਿਹੜੀ ਧਿਰ ਵੀ ਜਿਹੜੀ ਇਹਨਾਂ ਤੋਂ ਖਰਾਬ ਕਰੂਗੀ ਉਹਦੇ ਖਿਲਾਫ ਸਖਤ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਜਾਊਗੀ। ਡਾਂਗ ਮਾਰਦਾ ਜੀ ਗੁਰਦੁਆਰਾ ਡਾਂਗ ਮਾਰਦਾ ਜੀ ਗੁਰਦੁਆਰਾ ਡਾਂਗ ਮਾਰ ਕਰ ਮੰਗੂ ਮੱਠ ਦੋਵਾਂ ਬਾਰੀ ਕਮੇਟੀਆਂ ਜਿਹੜੀਆਂ ਨਿਯੁਕਤ ਕਰ ਦਿੱਤੀਆਂ ਸਜ਼ਾ ਜਿਹੜੀ ਆ ਉਹ ਰੱਦ ਹੋਈ ਹੈ, ਬੇਹੱਦ ਹੀ ਨਿੰਦਣਯੋਗ ਮਾਮਲਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਇਸ ਮਾਮਲੇ ਦੀ ਕਾਨੂੰਨੀ ਜਿਹੜੀ ਆ ਉਹ ਪ੍ਰਕਿਰਿਆ ਜਿਹੜੀ ਆ ਉਹਨੂੰ ਭੋਖ ਕੇ ਤੇ ਜਿਹੜਾ ਉਹ ਇਹ ਰਾਇਤ ਜਿਹੜੀ ਹੈ ਲੜਦੀ ਜਿਹੜੀ ਹਰ ਕੀਮਤ ਦੇ ਉੱਤੇ ਜਿਹੜਾ ਉਹ ਮਾਫ਼ ਕਰਵਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਰਿਪੋਰਟ ਦਿੱਤੀ ਆਪਣੀ, ਉਸ ਟੀਮ ਦੀ ਰਿਪੋਰਟ ਨੂੰ ਵੀ ਜਿਹੜਾ ਸਾਰੀਆਂ ਧਿਰਾਂ ਦੇ ਵਿੱਚ ਵਿਚਾਰਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਗਦੀਪ ਸਿੰਘ ਪੁੱਤਰ ਸਿੰਘ ਜੀ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਰਿਲੀਫ ਐਂਡ ਚੈਰੀਟੇਬਲ ਟਰੱਸਟ ਦੇ ਫਾਊਂਡਰ ਮੈਂਬਰ ਹਨ ਅਤੇ ਗੁਰਦੁਆਰਾ ਆਰਤੀ ਸਾਹਿਬ ਗੁਰਦੁਆਰਾ ਬੌਲੀ ਮੱਠ ਸਾਹਿਬ ਦੀ ਸੇਵਾ ਸੰਭਾਲ ਜਗਨਨਾਥਪੁਰੀ ਉੜੀਸਾ ਵਿਖੇ ਕਰ ਰਹੇ ਹਨ। ਨਾਲ ਹੀ ਨਾਲ ਭਾਈ ਹਿੰਮਤ ਸਿੰਘ ਜੀ ਦਾ ਜਿਹੜਾ ਉੱਥੇ ਇੱਕ ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨਸ ਪਾਰਕ ਬਣਾਇਆ ਹੈ ਉਹਦੀ ਵੀ ਸੇਵਾ ਸੰਭਾਲ ਇਹ ਟਰੱਸਟ ਹੀ ਕਰ ਰਿਹਾ ਹੈ। ਨਾਲ ਗੁਰੂ ਨਾਨਕ ਯਾਤਰੂ ਨਿਵਾਸ ਸੰਗਤਾਂ ਦੇ ਰਿਹਾਇਸ਼ ਲਈ ਬਣਾਇਆ ਗਿਆ ਹੈ। ਅੱਜ ਸਾਰੇ ਹੀ ਅਸੀਂ ਇੱਥੇ ਇਕੱਤਰ ਹੋਏ ਸੀ, ਸਾਨੂੰ ਅਕਾਲ ਤਖਤ ਸਾਹਿਬ ਤੋਂ ਇੱਕ ਆਉਣ ਦਾ ਸੱਦਾ ਪੱਤਰ ਆਇਆ ਸੀਗਾ ਕਿਉਂਕਿ ਜਿਹੜਾ ਮੰਗੂ ਮੱਠ ਜਗਨਨਾਥਪੁਰੀ ਵਿਖੇ ਢਾਇਆ ਗਿਆ ਹੈ ਇਹਦੇ ਉੱਪਰ ਵਿਚਾਰ ਚਰਚਾ ਕਰਨੀ ਸੀਗੀ। ਉਹ ਵਿਚਾਰ ਚਰਚਾ ਹੋਈ ਸਿੰਘ ਸਾਹਿਬ ਦੇ ਨਾਲ ਅਤੇ ਸਿੰਘ ਸਾਹਿਬ ਨੂੰ ਅਸੀਂ ਆਪਣਾ ਇਹ ਮੰਗ ਪੱਤਰ ਵੀ ਦਿੱਤਾ ਹੈ ਜਿਹਦੀ ਕਿ ਕਾਪੀ ਹੁਣੇ ਮੈਂ ਆਪ ਜੀ ਸਾਰੇ ਮੀਡੀਆ ਨੂੰ ਦੇ ਦਾਂਗਾ। ਨਾਲ ਹੀ ਜਿਹੜੀ ਉੱਥੇ ਹੋ ਰਹੀਆਂ ਘਟਨਾਵਾਂ ਇਸ ਟਾਈਮ ਚੱਲ ਰਹੀਆਂ ਹਨ ਉਹਦੀ ਵੀ ਜਾਣਕਾਰੀ ਅਸੀਂ ਪੱਤਰ ਦੇ ਰਾਹੀਂ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿੱਤੀ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹਨਾਂ ਸਾਰੇ ਮਾਮਲਿਆਂ ਨੂੰ ਬੜੀ ਸੰਜੀਦਗੀ ਨਾਲ ਲਿਆ ਹੈ ਅਤੇ ਉਹਨਾਂ ਨੇ ਇੱਕ ਅੱਗੇ ਕਮੇਟੀ ਗਠਨ ਦੀ ਗੱਲ ਕੀਤੀ ਹੈ ਬਈ ਮੰਗੂ ਮੱਠ ਦੇ ਜਿਹੜੇ ਵੀ ਔਰ ਹੋਰ ਇਤਿਹਾਸਿਕ ਸਥਾਨ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਸੰਬੰਧਿਤ ਹਨ ਉੜੀਸਾ ਦੇ ਅੰਦਰ
ਮੰਗੂ ਮੱਠ ਜੋ ਕਿ ਢਾਇਆ ਜਾ ਚੁੱਕਿਆ ਹੈ, ਲੇਕਿਨ ਉਹਦੀ ਦੇਵ ਸਥਲੀ ਜਿਹੜੀ 90 ਸਕੁਅਰ ਫੁੱਟ ਦੀ ਹੈਗੀ ਹੈ, ਉਹਦੀ ਪ੍ਰਾਪਤੀ ਲਈ ਜਿਹੜੀ ਇਹ ਕਮੇਟੀ ਜਿਹੜੀ ਹੈਗੀ ਹੈ ਇਹ ਵਚਨਬੱਧ ਹੋ ਕੇ ਇਹ ਕਾਰਜ ਕਰੇਗੀ, ਜੋ ਕਿ ਸਿੱਧਾ ਔਰ ਸਿੱਧਾ ਹੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਰਿਪੋਰਟ ਕਰੇਗੀ। ਨਾਲ ਹੀ ਨਾਲ ਜਿਹੜਾ ਪੰਜਾਬੀ ਮੱਠ ਹੈ ਜਿਹਨੂੰ ਕਿ ਹਲੇ ਸਰਕਾਰ ਨੇ ਨਹੀਂ ਢਾਇਆ, ਉਹਨੂੰ ਵੀ ਜਿਹੜੀ ਬਚਾਉਣ ਦੀ ਜਿਹੜੀ ਮੁਹਿੰਮ ਉੱਥੋਂ ਸਥਾਨਕ ਸਾਡੀ ਸੰਸਥਾ ਅਤੇ ਕੁਛ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ, ਉਹਨੂੰ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸਾਨੂੰ ਪੂਰਨ ਸਹਿਯੋਗ ਦਾ ਆਸ਼ਵਾਸਨ ਦਿੱਤਾ ਹੈ ਕਿ ਇਹ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬੀ ਮੱਠ ਜਿਹੜਾ ਕਿ ਹਲੇ ਤੱਕ ਨਹੀਂ ਢਾਇਆ ਗਿਆ ਉਹਦੇ ਬਚਾਉਣ ਲਈ ਔਰ ਉੱਥੇ ਮੁੜ ਗੁਰਮਰਿਆਦਾ ਲਾਗੂ ਕਰਨ ਲਈ ਪੂਰਨ ਤੌਰ 'ਤੇ ਜਿਹੜਾ ਸਹਿਯੋਗ ਹੈ ਇਹ ਅਕਾਲ ਤਖ਼ਤ ਸਾਹਿਬ ਦੀ ਸਾਨੂੰ ਸਮਰਥਨ ਜਿਹੜਾ ਹੈ ਉਹ ਅੱਜ ਇੱਥੇ ਦੇਣ ਦਾ ਆਸ਼ਵਾਸਨ ਦਵਾਇਆ ਗਿਆ ਹੈ ਔਰ ਸਰਪ੍ਰਸਤੀ ਜਿਹੜੀ ਹੈਗੀ ਅਕਾਲ ਤਖ਼ਤ ਸਾਹਿਬ ਦੀ ਰਹੇਗੀ ਔਰ ਬੜੀ ਜਲਦੀ ਹੀ ਇਹ ਜਿਹੜੀ ਕਮੇਟੀ ਹੈ ਇਹਦਾ ਦੱਸਿਆ ਗਿਆ ਹੈ ਕਿ ਇਹਦੀ ਜਾਣਕਾਰੀ ਦਿੱਤੀ ਜਾਏਗੀ, ਜਿਹਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਰਿਲੀਜਨ ਚੈਰੀਟੇਬਲ ਟਰੱਸਟ ਦੇ ਦੋ ਜਿਹੜੇ ਕਿ ਸਾਡੇ ਮੈਂਬਰ ਨੇ ਉਹ ਵੀ ਹੋਣਗੇ, ਨਾਲ ਹੀ ਨਾਲ ਜਿਹੜੇ ਸਾਡੇ ਲੀਗਲ ਐਡਵਾਈਜ਼ਰ ਵਿਸ਼ਵਜੀਤ ਸੈਨਾਪਤੀ ਐਡਵੋਕੇਟ ਜੋ ਕਿ ਖਾਸ ਤੌਰ 'ਤੇ ਜਗਨਨਾਥਪੁਰੀ ਤੋਂ ਆਏ ਹਨ ਉਹਨਾਂ ਨੂੰ ਵੀ ਇਸ ਕਮੇਟੀ ਦੇ ਅੰਦਰ ਲਿਆ ਜਾਏਗਾ ਅਤੇ ਜਿੱਦਾਂ ਹੀ ਇਹ ਕਮੇਟੀ ਬਣੇਗੀ ਅਤੇ ਜਿਹੜਾ ਸੰਘਰਸ਼ ਇਹ ਜਾਰੀ ਹੈ ਇਹਦੀ ਬੜੀ ਜਲਦੀ ਆਪ ਸਾਰਿਆਂ ਨੂੰ ਅਸੀਂ ਉੜੀਸਾ ਪਹੁੰਚ ਕੇ ਜੋ ਕਿ ਕੱਲ੍ਹ ਤੱਕ ਅਸੀਂ ਆ ਪਰਸੋਂ ਤੱਕ ਉੜੀਸਾ ਪਹੁੰਚ ਜਾਣਾ ਹੈ ਅਤੇ ਉੱਥੇ ਜਿਹੜੇ ਤਾਜ਼ਾ ਹਾਲਾਤ ਨੇ ਉਹਦੀ ਅਸੀਂ ਜਾਣਕਾਰੀ ਆਪ ਜੀ ਨੂੰ ਦੇਵਾਂਗੇ ਅਤੇ ਅਗਲੀ ਜਿਹੜੀ ਡੇਟ ਸੁਪਰੀਮ ਕੋਰਟ ਦੇ ਅੰਦਰ ਹੈ ਉਹ 8 ਜਨਵਰੀ 2019 ਨੂੰ ਮੰਗੂ ਮੱਠ ਔਰ ਪੰਜਾਬੀ ਮੱਠ ਦੇ ਜਿਹੜੇ ਕੇਸ ਚੱਲ ਰਹੇ ਨੇ ਸੁਪਰੀਮ ਕੋਰਟ ਦਾ ਵਿਚਾਰਾਧੀਨ ਨੇ, ਇਹਦੀ ਅਗਲੀ ਜਿਹੜੀ ਡੇਟ ਹੈ ਉਹ 8 ਜਨਵਰੀ 2020 ਨੂੰ ਹੈ ਜੀ ਅਤੇ ਉਸ ਦਿਨ ਕੋਰਟ ਕੀ ਨਿਰਣੇ ਲੈਂਦੀ ਹੈ, ਕੋਈ ਫਾਈਨਲ ਡਿਸੀਜਨ ਦਿੰਦੀ ਹੈ ਜਾਂ ਇੰਟਰੀਮ ਆਰਡਰ ਕੋਈ ਹੋਰ ਦਿੰਦੀ ਹੈ ਅਤੇ ਅਸੀਂ ਆਪਣੀ ਪੰਜਾਬੀ ਮੱਠ ਔਰ ਮੰਗੂ ਮੱਠ ਦੀ ਜਗ੍ਹਾ ਨੂੰ ਮੁੜ ਪ੍ਰਾਪਤ ਕਰਕੇ ਉੱਥੇ ਗੁਰਮਰਿਆਦਾ ਲਾਗੂ ਕਰਨ 'ਚ ਕਿੰਨੇ ਕਾਮਯਾਬ ਹੁੰਦੇ ਹਾਂ ਇਹ ਗੁਰੂ ਸੱਚੇ ਪਾਤਸ਼ਾਹ ਜਾਣਦਾ ਹੈ। ਆਪਾਂ ਸਾਰੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸਿੱਖ ਸੰਗਤਾਂ ਅਰਦਾਸ ਕਰ ਰਹੀਆਂ ਹਨ ਕਿ ਜਿਹੜੇ ਪੰਥ ਦੇ ਵਿਛੜੇ ਸਥਾਨ ਜੋ ਕਿ ਢਾਏ ਜਾ ਚੁੱਕੇ ਹਨ ਔਰ ਜੋ ਅਸੀਂ ਹਲੇ ਨਹੀਂ ਵੀ ਢਾਏ ਜਿਹਨਾਂ ਨੂੰ ਬਚਾਉਣ ਦੀ ਪੂਰੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਰਦਾਸ ਕਰਨ ਕਿ ਸਾਡੀ ਜਿਹੜੀ ਵੀ ਇਹ ਮਿਹਨਤ ਹੈਗੀ ਹੈ ਇਹ ਸਫਲ ਹੋਵੇ ਔਰ ਮੀਡੀਆ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪ ਜੀ ਜਗਨਨਾਥਪੁਰੀ ਉੜੀਸਾ ਜਿਹੜੇ ਵੀ ਚੱਲ ਰਹੇ ਸੰਘਰਸ਼ ਨੇ ਇਹਦੇ ਨਾਲ ਜੁੜ ਕੇ ਇਹਨਾਂ ਸਥਾਨਾਂ ਨੂੰ ਵਾਪਸ ਪ੍ਰਾਪਤ ਕਰਨ ਲਈ ਸਾਡੇ ਸਹਿਯੋਗ ਔਰ ਸਹਾਇਤਾ ਕਰੋ। ਅੱਜ ਅਸੀਂ ਸਿੰਘ ਸਾਹਿਬ ਜੀ ਨੂੰ ਇੱਕ ਮੰਗ ਪੱਤਰ ਦੇਣ ਲਈ ਆਏ ਹਾਂ ਕਿਸੇ ਕੌਮ ਦੁਵਿਧਾ 'ਚ ਔਰ ਸਿੱਖ ਜਗਤ ਦੇ ਮਹਾਨ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਆਪਾਂ 550 ਸਾਲਾਂ ਮਨਾ ਕੇ ਹਟੇ ਹਾਂ, ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ ਅਤੇ ਕੀਤਾ ਪੁਰੀ ਵਿਖੇ ਮੰਗੂ ਮੱਠ, ਮੰਗੂ ਮੱਠ ਤੋਂ ਅਗਲੇ ਬੰਨੇ ਪੰਜਾਬੀ ਮੱਠ, ਉਸ ਤੋਂ ਅਗਲੇ ਬੰਨੇ ਬੌਲੀ ਮੱਠ। ਉਹ ਜਿਹੜੀ ਜਾਇਦਾਦ ਆ ਉਹ ਅਸਲ 'ਚ ਉੱਥੇ ਪਾਤਸ਼ਾਹ ਨੇ ਟਿਕਾਣਾ ਕੀਤਾ ਸੀਗਾ, ਉਹ ਪਾਤਸ਼ਾਹ ਦੇ ਰਿਕਾਰਡ 'ਚ ਬੋਲਦੀ ਆ ਸਾਰਾ ਕੁਛ, ਜਗਨਨਾਥਪੁਰੀ ਮੰਦਿਰ ਦੇ ਰਿਕਾਰਡ 'ਚ ਵੀ ਬੋਲਦੀ ਆ ਕਿ ਉੱਥੇ ਗੁਰੂ ਸਾਹਿਬ ਗਏ, ਇਹ ਰਿਕਾਰਡ 'ਚ ਬੋਲਦੀ ਹੈ ਕਿ ਉੱਥੇ ਮਹਾਰਾਜਾ ਰਣਜੀਤ ਸਿੰਘ ਵੀ ਗਏ ਔਰ ਮੰਦਿਰ ਦਾ ਇੱਕ ਗੇਟ ਹਿਸਟਰੀ ਬੋਲਦੀ ਹੈ, ਉੱਥੋਂ ਵਕੀਲ ਸਾਹਿਬ ਆਏ ਸੀ ਉਹਨਾਂ ਨੇ ਦੱਸਿਆ ਕਿ ਇਤਿਹਾਸ ਬੋਲਦਾ ਕਿ ਉਹ ਗੇਟ ਇੱਕ ਟੁੱਟਿਆ ਹੋਇਆ ਸੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਮੱਠ ਵਿੱਚ ਰੁਕੇ, ਉਸ ਸਾਈਡ ਦਾ ਗੇਟ ਟੁੱਟਿਆ ਹੋਇਆ ਸੀ ਅਤੇ ਉਹਨਾਂ ਨੇ ਉਹ ਗੇਟ ਦੁਬਾਰਾ ਤਾਮੀਰ ਕੀਤਾ। ਔਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਉੱਥੇ ਦੇ ਸੀ ਐੱਮ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਸੀ ਐੱਮ ਸਾਹਿਬ ਤੁਹਾਡੇ ਸਤਿਕਾਰਯੋਗ ਮਾਤਾ ਜੀ ਪੰਜਾਬ ਨੂੰ ਬਿਲੋਂਗ ਕਰਦੇ ਸੀ, ਪੰਜਾਬੀ ਬੋਲਦੇ ਸੀ, ਗੁਰੂ ਨਾਨਕ ਸਾਹਿਬ ਦੇ ਉਪਾਸ਼ਕ ਸੀ ਅਤੇ ਇਸ ਕਰਕੇ ਅਸੀਂ ਕੱਲ੍ਹ ਨੂੰ ਇੱਕ ਡੈਪੂਟੇਸ਼ਨ ਲੈ ਕੇ ਜਾਵਾਂਗੇ ਔਰ ਜੋ ਉੱਥੇ ਦੇ ਹਾਲਾਤ ਹੋਏ ਉਹ ਜ਼ਰੂਰ ਆ ਕੇ ਸਿੱਖ ਕੌਮ ਦੇ ਤੁਹਾਡੇ ਜ਼ਰੀਏ ਸਿੱਖ ਕੌਮ ਦੇ ਸਨਮੁੱਖ ਰੱਖਾਂਗੇ। ਔਰ ਜਿਹੜਾ ਸਰਕਾਰ ਦਾ ਬਲਡੋਜ਼ਰ ਚੱਲਿਆ ਔਰ ਗਾਹਾਂ ਅਸੀਂ ਦੱਸ ਕੇ ਆਏ ਹਾਂ ਕਿ ਅਗਲੇ ਮੰਗੂ ਮੱਠ ਤੋਂ ਅਗਲੇ ਪਾਸੇ ਵੀ ਬਲਡੋਜ਼ਰ ਚੱਲਣ ਵਾਲਾ ਹੈ, ਪੰਜਾਬ ਮੱਠ 'ਤੇ ਬਲਡੋਜ਼ਰ ਚੱਲਣ ਵਾਲਾ ਹੈ ਔਰ ਬੌਲੀ ਸਾਹਿਬ 'ਤੇ ਬਲਡੋਜ਼ਰ ਚੱਲਣ ਵਾਲਾ ਹੈ। ਜੇ ਕੌਮ ਜਾਗ ਪਏ, ਸਿੰਘ ਸਾਹਿਬ ਨੇ ਭਰੋਸਾ ਦਿੱਤਾ ਕਿ ਅਸੀਂ 5 ਮੈਂਬਰੀ ਕਮੇਟੀ ਬਣਾ ਕੇ ਇਹਦੇ ਸਮਾਧਾਨ ਲਈ ਤੁਰਾਂਗੇ, ਪਰ ਸਭ ਤੋਂ ਵੱਡਾ ਦੁੱਖ ਹੈ ਕਿ ਪ੍ਰਧਾਨ ਸਾਹਿਬ ਗਏ ਲੌਂਗੋਵਾਲ ਸਾਹਿਬ, 150 ਕਿਲੋਮੀਟਰ ਤੋਂ ਮੁੜ ਕੇ ਆ ਗਏ, ਉੱਥੇ ਮੰਗੂ ਮੱਠ ਅਤੇ ਬੌਲੀ ਸਾਹਿਬ ਨਹੀਂ ਜਾ ਸਕੇ। ਇੱਥੋਂ 2 ਵਾਰੀ ਡੈਪੂਟੇਸ਼ਨ ਕਿਹਾ, ਦੇਖੋ ਕਿੱਡੀ ਦੁੱਖ ਦੀ ਗੱਲ ਹੈ ਕਿ ਡੈਪੂਟੇਸ਼ਨ ਇਹ ਗੱਲ ਕਹਿ ਕੇ ਆ ਗਿਆ ਕਿ ਸਾਡਾ ਮੰਗੂ ਮੱਠ ਅਤੇ ਇਸ ਇਹਨਾਂ ਮੱਠਾਂ ਨਾਲ ਸਾਡਾ ਕੋਈ ਬਹੁਤਾ ਸੰਬੰਧ ਨਹੀਂ। ਅਸਲ 'ਚ ਉੱਥੋਂ ਜਿਹੜੀ ਗੱਲ ਸੀ ਉਹ ਵਿਗੜਨੀ ਸ਼ੁਰੂ ਹੋ ਗਈ, ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿ ਉੱਥੇ ਪਾਤਸ਼ਾਹ ਨੇ ਆਰਤੀ ਦਾ ਉਚਾਰਨ ਕੀਤਾ, ਪਾਤਸ਼ਾਹ ਨੇ ਬਹੁਤ ਦਿਨ ਉੱਥੇ ਰਹਿ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਔਰ ਉਹ ਜਾਇਦਾਦ ਕਦੇ ਵੀ ਛੱਡੀ ਨਹੀਂ ਜਾ ਸਕਦੀ।